ਪੰਜਾਬ ਦੇ ਨੌਜਵਾਨੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਹੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਪੇਪਰਾਂ ਦੀ ਡੇਟ ਅਨਾਊਂਸ ਕੀਤੀ ਹੈ ਔਰ ਇਹ ਦੱਸਿਆ ਹੈ ਕਿ ਮਿਡ ਅਕਤੂਬਰ ਦੇ ਵਿੱਚ ਇਹ ਪੇਪਰ ਪੰਜਾਬ ਪੁਲਿਸ ਦੇ ਲਿੱਤੇ ਜਾਣਗੇ ਔਰ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਕਿ ਜਾਂ ਤਾਂ ਪੇਪਰ 13, 14, 15 ਨੂੰ ਜਾਂ 14, 15, 16 ਦੈਟ ਮੀਨਸ ਕਿ 13 ਨੂੰ ਪੇਪਰ ਹੋ ਜਾਏਗਾ SI ਦਾ 14 ਨੂੰ ਹੋ ਜਾਏਗਾ ਹੈੱਡ ਕਾਂਸਟੇਬਲ ਦਾ ਤੇ 15 ਨੂੰ ਹੋ ਜਾਏਗਾ ਤੁਹਾਡਾ ਕਾਂਸਟੇਬਲ ਦਾ ਪੇਪਰ ਜਾਂ 14 ਨੂੰ SI 15 ਨੂੰ ਹੈੱਡ ਕਾਂਸਟੇਬਲ ਤੇ 16 ਨੂੰ ਕਾਂਸਟੇਬਲ ਦਾ ਪੇਪਰ ਹੋ ਜਾਏਗਾ ਸੋ ਦੈਟ ਮੀਨਸ ਕਿ ਅੱਜ 15 ਤਰੀਕ ਹੋ ਗਈ ਤੇ ਇੱਕ ਮਹੀਨਾ ਤੁਹਾਡੇ ਕੋਲ ਹੈ ਇਹ ਪੰਜਾਬ ਪੁਲਿਸ ਦੇ ਪੇਪਰ ਦੇਣ ਦੇ ਵਿੱਚ ਔਰ ਇਸ ਮਹੀਨੇ ਦੇ ਵਿੱਚ ਤੁਸੀਂ ਸਾਰੇ ਦਾ ਸਾਰਾ ਜ਼ੋਰ ਲਗਾ ਦੇਣਾ ਆਪਣਾ ਕਿ ਤੁਸੀਂ ਇਸ ਪੇਪਰ ਨੂੰ ਵੰਡ ਸਕੋ ਔਰ ਆਪਣੇ ਸੁਪਨਿਆਂ ਨੂੰ ਹਾਸਲ ਕਰ ਸਕੋ ਅਕਤੂਬਰ ਦਾ ਮਹੀਨਾ ਨਰਾਤਿਆਂ ਦਾ ਮਹੀਨਾ ਨਹੀਂ ਸ਼ੁਰੂ ਹੋ ਰਿਹਾ ਇਹ ਮਹੀਨਾ ਤੁਹਾਡੀ ਨੀਂਦ ਉਡਾਉਣ ਵਾਲਾ ਮਹੀਨਾ ਸ਼ੁਰੂ ਹੋ ਰਿਹਾ ਤੁਸੀਂ ਦੇਖ ਰਹੇ ਹੋ ਇਹ ਇੱਥੇ ਕਿ ਪੰਜਾਬ ਪੁਲਿਸ ਦਾ ਪੇਪਰ ਅਕਤੂਬਰ ਮਿਡ ਅਕਤੂਬਰ ਕਹਿ ਦਿੱਤਾ ਕਿ ਹੋਏਗਾ ਇਹ ਔਰ ਡੇਟਾਂ ਵੀ ਤਕਰੀਬਨ ਇਹ ਕਨਫਰਮ ਹੈਗੀਆਂ ਕਿ ਇਹ ਡੇਟਾ ਪੇਪਰ ਹੋ ਜਾਏਗਾ ਐਕਸਾਈਜ਼ ਦਾ ਪੇਪਰ ਵੀ ਉਹਨਾਂ ਨੇ ਕਿਹਾ ਸੀ ਅਕਤੂਬਰ ਦੇ ਵਿੱਚ ਹੋ ਜਾਏਗਾ PSSB ਦਾ ਪੇਪਰ ਇਹ ਵੀ ਅਕਤੂਬਰ ਦੇ ਵਿੱਚ ਅਨਾਊਂਸਡ ਹੈਗਾ ਇਹ ਔਰ VDO ਦਾ ਪੇਪਰ ਤਾਂ 8 ਅਕਤੂਬਰ ਨੂੰ ਆਲਰੇਡੀ ਡਿਕਲੇਅਰਡ ਹੀ ਹੈਗਾ ਇਹ ਫਿਰ ਹਾਈ ਕੋਰਟ ਸਬਆਰਡੀਨੇਟ ਜਿਹੜੇ ਕੋਰਟਸ ਹੈਗੀਆਂ ਉਹਦਾ ਪੇਪਰ ਤਾਂ 3, 4, 5 ਨੂੰ ਪੇਪਰ ਇਹ ਹੈਗਾ ਹੀ ਹੈਗਾ ਇਹ ਸੋ ਔਰ ਇਹਨਾਂ ਪੇਪਰਾਂ ਦੇ ਵਿੱਚ ਸਿਲੇਬਸ ਕੀ ਹੈ ਕੀ ਪੜ੍ਹਨਾ ਹੈ ਤੁਸੀਂ ਸਾਰੇ ਜਾਣਦੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਦੁਬਾਰਾ ਕੁਛ ਨਹੀਂ ਕਹੂੰਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਤੁਹਾਨੂੰ ਡਰ ਜ਼ਰੂਰ ਲੱਗ ਰਿਹਾ ਹੋਏਗਾ ਔਰ ਨਰਵਸਨੈਸ ਜ਼ਰੂਰ ਹੋਏਗੀ ਉਹ ਔਰ ਇੱਕ ਗੱਲ ਯਾਦ ਰੱਖਿਓ ਇਸ ਗੱਲ ਨੂੰ ਕਿ ਇਹ ਨਰਵਸਨੈਸ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਜਦੋਂ ਵੀ ਤੁਸੀਂ ਕੋਈ ਪੇਪਰ ਦੇਣ ਜਾਂਦੇ ਸੀਗੇ ਸਕੂਲ ਦਾ ਕਾਲਜ ਦਾ ਇਹੀ ਡਰ ਲੱਗਿਆ ਰਹਿੰਦਾ ਸੀ ਔਰ ਇਹੀ ਡਰ ਤੁਹਾਨੂੰ ਹੁਣ ਵੀ ਲੱਗੇਗਾ ਪਰ ਇਸ ਡਰ ਨੂੰ ਦੂਰ ਕਰਨ ਦਾ ਤਰੀਕਾ ਕੀ ਹੈ ਉਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਪਾਂ ਨੇ ਇਸ ਪੇਪਰ ਦੀ ਤਿਆਰੀ ਚੰਗੇ ਤਰੀਕੇ ਨਾਲ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦੇਖਣੀ ਹੈ ਆਪਾਂ ਨੇ ਟਾਈਮ ਮੈਨੇਜਮੈਂਟ ਕਿ ਮੈਨੂੰ ਜਿਹੜਾ ਸੀਗਾ ਟਾਈਮ ਮੈਨੇਜਮੈਂਟ ਜਿਹੜੀ ਸੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਪੇਪਰ ਦਾ ਤੁਹਾਨੂੰ ਟਾਈਮ ਪਤਾ ਹੈ ਆਮ ਤੌਰ ਤੇ ਜਿਹੜੀ ਗੱਲ ਦੇਖੀ ਜਾਂਦੀ ਹੈ ਕਿ ਜਦੋਂ ਪੇਪਰ ਹੁੰਦਾ ਨਾ ਪਤਾ ਹੀ ਲੱਗਦਾ ਟਾਈਮ ਭੱਜਦਾ ਕਿਵੇਂ ਉੱਥੋਂ ਇਸੇ ਕਰਕੇ ਜਿਹੜਾ ਸੀਗਾ ਇਹ ਘੜੀ ਦਿਮਾਗ ਦੇ ਵਿੱਚ ਤੁਹਾਡੀ ਬੈਠੀ ਹੋਣੀ ਚਾਹੀਦੀ ਹੈ ਔਰ ਪੇਪਰ ਜਿਹੜੇ ਸੀਗੇ ਤੁਹਾਨੂੰ ਹਰ ਰੋਜ਼ ਮੌਕ ਟੈਸਟ ਸੀਰੀਜ਼ ਤੁਹਾਨੂੰ ਕਰਨੀ ਚਾਹੀਦੀ ਹੈ ਇੱਕ ਇੱਕ ਪੇਪਰ ਨਹੀਂ ਹਰ ਰੋਜ਼ 2-2 3-3 ਪੇਪਰ ਕਰਨੇ ਚਾਹੀਦੇ ਨੇ ਤਾਂ ਕਿ ਤੁਹਾਡੇ ਦਿਮਾਗ ਦੀ ਘੜੀ ਠੀਕ ਹੋ ਜਾਏ ਜਦ ਤੱਕ ਦਿਮਾਗ ਦੀ ਘੜੀ ਠੀਕ ਨਹੀਂ ਹੋਏਗੀ ਉਦੋਂ ਤੱਕ ਕੁਛ ਨਹੀਂ ਹੋਣਾ ਸੋ ਇਹ ਜਿਹੜਾ ਮੌਕਾ ਮਿਲਿਆ ਤੁਹਾਨੂੰ ਪੇਪਰ ਦੇਣ ਦਾ ਕਿਉਂਕਿ ਪਿੱਛੇ ਪੇਪਰ ਕੈਂਸਲ ਹੋਏ ਸੀ ਬਹੁਤ ਹੇਰਾਫੇਰੀਆਂ ਹੋਈਆਂ ਸੀਗੀਆਂ ਟੈਕਨੀਕਲ ਗੈਜਟਸ ਯੂਜ਼ ਹੋਈਆਂ ਸੀਗੀਆਂ ਔਰ ਅਸੀਂ ਉਮੀਦ ਕਰਦੇ ਹਾਂ ਇਸ ਵਾਰੀ ਕਿ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਨਹੀਂ ਹੋਣਗੀਆਂ ਔਰ ਫੇਅਰ ਐਂਡ ਤਰੀਕੇ ਨਾਲ ਪੇਪਰ ਲਿੱਤੇ ਵੀ ਜਾਣਗੇ ਪਰ ਤੁਹਾਡੀ ਤਿਆਰੀ ਮੈਂ ਫੇਰ ਕਹਾਂ ਕਿ ਆਪਣੀ ਤਿਆਰੀਆਂ ਮੁਕੰਮਲ ਰੱਖੋ ਔਰ ਨਰਵਸਨੈਸ ਨੂੰ ਛੱਡੋ ਹੋਰ ਵੱਡੀ ਚੀਜ਼ ਜਿਹੜੀ ਹੈ ਕਿ ਹੁਣ ਆਮ ਤੌਰ ਤੇ ਅਸੀਂ ਪੇਪਰਾਂ 'ਚ ਕੀ ਕਰਦੇ ਸੀ ਕਿਤਾਬਾਂ ਇਕੱਠੀਆਂ ਕਰਨ ਲੱਗ ਜਾਂਦੇ ਸੀਗੇ ਕੋਈ ਕਿਤਾਬਾਂ ਨਹੀਂ ਇਕੱਠੀਆਂ ਕਰਦੀਆਂ ਹੁਣ ਜਿੰਨਾ ਪੜ੍ਹ ਲਿਆ ਉਸੇ ਚੀਜ਼ ਨੂੰ ਰਿਵਾਈਜ਼ ਕਰੋ ਉਸੇ ਚੀਜ਼ ਨੂੰ ਰੈਪੀਟ ਕਰੋ ਇੱਕ ਇੱਕ ਚੀਜ਼ ਨੂੰ ਇੱਕ ਇੱਕ ਕੁਐਸਚਨ ਨੂੰ ਤੁਹਾਨੂੰ 2-2 ਵਾਰ ਕਰਨਾ ਚਾਹੀਦਾ 3-3 ਵਾਰ ਕਰਨਾ ਚਾਹੀਦਾ ਤਾਂ ਕਿ ਜਿਹੜਾ ਚੀਜ਼ ਤੁਹਾਨੂੰ ਆਉਂਦੀ ਹੈ ਚੰਗੇ ਤਰੀਕੇ ਨਾਲ ਦਿਮਾਗ ਦੇ ਵਿੱਚ ਬੈਠ ਜਾਏ ਤੁਹਾਡੇ ਉਹ ਮੈਂ ਗੱਲ ਕਰਾਂ ਜਿਵੇਂ ਪੰਜਾਬ ਪੁਲਿਸ ਦਾ ਪੇਪਰ ਹੈ ਇਹ 2 ਸ਼ਿਫਟਾਂ 'ਚ ਪੇਪਰ ਹੋਣਾ ਸੇਮ ਡੇ ਪੇਪਰ ਹੋਣਾ ਪ੍ਰੈਸ਼ਰ ਬਹੁਤ ਬਹੁਤ ਜ਼ਿਆਦਾ ਹੋਏਗਾ ਤੁਹਾਡੇ ਉੱਤੇ ਔਰ 2-2 ਘੰਟੇ ਦਾ ਪੇਪਰ ਹੈ 100-100 ਕੁਐਸਚਨ ਨੇ ਦੈਟ ਔਰ 4-4 ਨੰਬਰ ਦਾ ਜਿਹੜਾ ਸੀਗਾ ਇੱਕ ਇੱਕ ਕੁਐਸਚਨ ਹੈਗਾ ਸੋ ਦੈਟ ਮੀਨਸ ਕਿ 200 ਕੁਐਸਚਨ ਤੁਹਾਡੇ ਕੋਲ ਹੈਗੇ ਨੇ ਕਰਨ ਵਾਲੇ ਔਰ 200 ਦੇ ਵਿੱਚੋਂ 120 ਕੁਐਸਚਨ ਜਿਹੜੇ ਸੀਗੇ ਤੁਹਾਨੂੰ ਚੰਗੀ ਤਰੀਕੇ ਨਾਲ ਅਟੈਂਪਟ ਕਰਨੇ ਚਾਹੀਦੇ ਨੇ ਮੈਨੂੰ ਲੱਗਦਾ ਕਿ ਜੇ ਤੁਸੀਂ 120 ਕੁਐਸਚਨ ਚੰਗੇ ਤਰੀਕੇ ਨਾਲ ਅਟੈਂਪਟ ਕਰ ਲਿੱਤੇ ਤੁਸੀਂ ਇਹ ਪੇਪਰ ਜਿਹੜੇ ਸੀਗੇ ਫਿਜ਼ੀਕਲ ਵਾਸਤੇ ਡੈਫੀਨੇਟਲੀ ਕੁਆਲੀਫਾਈ ਹੋ ਕੇ ਤੁਸੀਂ ਆਪਣੀ ਡ੍ਰੀਮ ਜੋਬ ਹਾਸਲ ਕਰ ਸਕਦੇ ਹੋ ਕਿਉਂ ਕਿਉਂਕਿ ਇਹ ਪੇਪਰ ਦੇ ਵਾਸਤੇ ਤੁਹਾਨੂੰ ਫਿਜ਼ੀਕਲ ਐਕਟੀਵਿਟੀ ਉਹ ਵੀ ਜ਼ਰੂਰੀ ਕਰਨੀ ਹੈ ਸੋ ਦੈਟ ਮੀਨਸ ਕਿ ਇਹਦੇ ਪੇਪਰ ਵਾਸਤੇ ਤੁਹਾਨੂੰ ਇਸ ਚੀਜ਼ ਦੀ ਤਿਆਰੀ ਕਰਨੀ ਚਾਹੀਦੀ ਹੈ ਪੇਪਰਾਂ ਦੇ ਲੈਵਲ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਹੁਣ ਲੈਵਲ ਅੱਛਾ ਆ ਰਿਹਾ ਔਰ ਕਿਉਂ ਕਿਉਂਕਿ ਨੰਬਰ ਆਫ ਕੈਂਡੀਡੇਟਸ ਵੀ ਜ਼ਿਆਦਾ ਨੇ ਮੈਂ ਦੇਖ ਰਿਹਾ ਸੀਗਾ SI ਵਾਸਤੇ ਕੋਈ 1,20,000 ਕੈਂਡੀਡੇਟ ਨੇ ਜਿਹਨੇ ਅਪਲਾਈ ਕੀਤਾ ਹੈੱਡ ਕਾਂਸਟੇਬਲ ਵਾਸਤੇ ਕੋਈ 80,000 ਕੈਂਡੀਡੇਟ ਨੇ ਅਪਲਾਈ ਕੀਤਾ ਸਿਮਿਲਰਲੀ ਕਾਂਸਟੇਬਲ ਵਾਸਤੇ ਵੀ ਜ਼ਿਆਦਾ ਹੀ ਹੈ ਦੇਖਿਆ ਜੀ ਉਹ ਵੀ ਨੰਬਰ ਬਹੁਤ ਜ਼ਿਆਦਾ ਹੋਏਗਾ ਪਰ
ਸਭ ਤੋਂ ਇੰਪੋਰਟੈਂਟ ਗੱਲ ਫਿਰ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਕਹਾਂਗਾ, ਇਸ ਵੇਲੇ ਨਰਵਸ ਹੋਣ ਦਾ ਟਾਈਮ ਨਹੀਂ ਹੈ, ਆਪਣੇ ਦਿਮਾਗ ਨੂੰ ਕਾਬੂ ਕਰਨ ਦਾ ਟਾਈਮ ਹੈ। ਮੈਨੂੰ ਯਾਦ ਪੈਂਦਾ ਕਿ ਜਿਹੜੇ ਕੈਂਡੀਡੇਟਸ, ਹੁਣੇ ਪਿੱਛੇ ਪਟਵਾਰੀ ਦਾ ਪੇਪਰ ਹੋਇਆ ਸੀਗਾ, ਉਹਦੇ ਵਿੱਚ ਇਹੀ ਕਹਿੰਦੇ ਸੀਗੇ ਕਿ ਜੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਰੋਜ਼ ਬਸ ਤਿਆਰੀ ਕਰਦੇ ਸੀਗੇ, ਹੋਰ ਕੁਛ ਨਹੀਂ ਸੀ ਕਰਦੇ। ਇੱਕ ਕੈਂਡੀਡੇਟ ਨੇ ਇਹ ਵੀ ਕਿਹਾ ਸੀ ਕਿ ਮੈਂ ਇੱਕ ਟਾਈਮ ਦੇ ਵਿੱਚ ਸਿਰਫ ਇੱਕ ਰੋਟੀ ਖਾਂਦਾ ਸੀ, ਕਿਉਂ? ਕਿਉਂਕਿ ਕਿਤੇ ਨੀਂਦ ਨਾ ਆਵੇ ਮੈਨੂੰ ਔਰ ਮੈਂ ਚੰਗੇ ਤਰੀਕੇ ਨਾਲ ਤਿਆਰੀ ਵੀ ਕਰ ਸਕਾਂ ਔਰ ਉਹਨੇ ਪੇਪਰ ਕੱਢਿਆ ਵੀ ਨਹੀਂ। ਇਸੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਭੁੱਲ ਜਾਓ, ਹੁਣ ਮੋਬਾਈਲ ਨੂੰ ਸਾਈਡ ਤੇ ਛੱਡ ਦਿਓ। ਆਮ ਤੌਰ ਤੇ ਨਰਵਸਨੈਸ ਕਰਦੇ ਕਿ ਆਪਾਂ ਯੂਟਿਊਬ ਦੇ ਉੱਤੇ ਕੋਈ ਉਹ ਚੀਜ਼ ਕੱਢ ਲੈਂਦੇ ਹਾਂ, ਉਹਨੂੰ ਦੇਖਣ ਲੱਗ ਜਾਂਦੇ ਹਾਂ, ਫਿਰ ਦੂਜੀ ਸਾਨੂੰ ਉਹਦੇ ਕੋਈ ਯੂਟਿਊਬ ਹੋਰ ਮਿਲ ਜਾਂਦੀ ਹੈ, ਉਹਨੂੰ ਦੇਖਣ ਲੱਗ ਜਾਂਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿਓ ਹੁਣ। ਫਿਰ ਕਰਨਾ ਕੀ ਹੈ, ਇਹ ਪਹਿਲਾਂ ਸੋਚ ਕੇ ਬਸ ਇਸ ਚੀਜ਼ ਦੀ ਮੈਂ ਤਿਆਰੀ ਕਰਨੀ ਹੈ ਔਰ ਮੈਂ ਇੱਥੋਂ ਤਿਆਰੀ ਕਰਨੀ ਹੈ। ਤੁਸੀਂ ਗਿਆਨਮ ਦੀ ਸਾਈਡ ਦੇ ਉੱਤੇ ਜਾ ਕੇ ਉਹ ਚੀਜ਼ਾਂ ਅਸੀਂ ਪਾ ਰਹੇ ਹਾਂ ਜਿਹੜੀਆਂ ਸਪੈਸਿਫਿਕ ਹੋਣਗੀਆਂ, ਪੇਪਰ ਦੇ ਮੁਤਾਬਕ ਹੋਣਗੀਆਂ, ਉਹਨਾਂ ਚੀਜ਼ਾਂ ਨੂੰ ਕਰ ਲਓ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਏਗੀ। ਅਸੀਂ ਆਫਲਾਈਨ ਬੈਚ ਵੀ ਅਨਾਊਂਸ ਕਰ ਦਿੱਤਾ ਇਹਦੇ ਵਾਸਤੇ, ਕ੍ਰੈਸ਼ ਕੋਰਸ ਜਿਹੜਾ ਸੀਗਾ ਉਹੀ ਕੱਲ੍ਹ ਤੋਂ ਸ਼ੁਰੂ ਹੋ ਜਾਏਗਾ। ਆਪਣੇ ਆਪ ਨੂੰ ਤੁਸੀਂ ਰਜਿਸਟਰ ਕਰ ਲਓ, ਸਾਡੇ ਨੰਬਰ ਜਿਹੜੇ ਸੀਗੇ ਉਹ ਹੁਣੇ ਆ ਜਾਣਗੇ ਤੁਹਾਡੇ ਸਾਹਮਣੇ। ਉਹ ਸੋ ਕ੍ਰੈਸ਼ ਕੋਰਸ ਕਰਨਾ ਚਾਹੁੰਦੇ ਹੋ, ਕ੍ਰੈਸ਼ ਕੋਰਸ ਕਰ ਲਓ, ਸਾਰਿਆਂ ਵਾਸਤੇ ਫ੍ਰੀ ਹੈਗਾ, ਆ ਕੇ ਉੱਥੇ ਤਿਆਰੀ ਕਰੋ। ਔਰ ਉਮੀਦ ਕਰਦੇ ਹਾਂ ਅਸੀਂ ਇਹ ਕਿ ਤੁਸੀਂ ਜੇ ਇਹ ਕ੍ਰੈਸ਼ ਕੋਰਸ ਦੇ ਵਿੱਚ ਆ ਕੇ ਨਾਲ ਜੁਆਇਨ ਕਰ ਲਿੱਤਾ, ਮੈਂ ਪੂਰੀ ਇਸ ਚੀਜ਼ ਦੀ ਉਮੀਦ ਰੱਖਦਾ ਕਿ ਤੁਹਾਡੇ ਪੇਪਰ ਜਿਹੜੇ ਸੀਗੇ ਇਹ ਡੈਫੀਨੇਟਲੀ ਕਲੀਅਰ ਹੋਣਗੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਕਿ ਜਿਸ ਤਰੀਕੇ ਨਾਲ ਅਸੀਂ ਪੜ੍ਹਾਉਂਦੇ ਹਾਂ, ਜਿਸ ਤਰੀਕੇ ਨਾਲ ਤਿਆਰੀ ਕਰਵਾਉਂਦੇ ਹਾਂ, ਉਹਦੇ ਨਾਲ ਸਫਲਤਾ ਮਿਲਦੀ ਹੀ ਮਿਲਦੀ ਹੈ। ਸੋ ਇਹਦੇ ਵਿੱਚ ਤੁਸੀਂ, ਮੈਂ ਹੁਣ ਸਿਲੇਬਸ ਜਿਹੜੇ ਸੀਗੇ ਮੈਂ ਇਸ ਬਾਰੇ ਤੁਹਾਡੇ ਨਾਲ ਨਹੀਂ ਡਿਸਕਸ ਕਰਦਾ, ਮੈਂ ਤਾਂ ਸਿਰਫ ਸਟ੍ਰੈਟੇਜੀ ਜਿਹੜੀ ਸੀਗੀ, ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਦਿਮਾਗ ਨੂੰ ਕਾਬੂ ਰੱਖਣਾ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ। ਇਸੇ ਤਰੀਕੇ ਨਾਲ ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ ਕਿ ਪੇਪਰ ਜਿਹੜੇ ਸੀਗੇ ਇਕੱਲੇ ਪੰਜਾਬ ਗੌਰਮੈਂਟ ਦੇ ਨਹੀਂ ਆਏ, ਬੈਂਕਾਂ ਦੇ ਪੇਪਰ ਵੀ ਆ ਚੁੱਕੇ ਨੇ। RRB ਕਲਰਕ ਮੇਨਸ 24 ਸਤੰਬਰ ਨੂੰ ਪੇਪਰ ਹੈ, RRB PO ਮੇਨਸ 1 ਅਕਤੂਬਰ ਨੂੰ ਪੇਪਰ ਹੈ, IBPS PO ਪ੍ਰੀ 15-16-22 ਨੂੰ ਪੇਪਰ ਹੈ, SBI ਦਾ ਪੇਪਰ ਨਵੰਬਰ ਦੇ ਵਿੱਚ ਪ੍ਰੀ ਦਾ ਹੋਣਾ ਹੈ ਔਰ ਦਸੰਬਰ ਦੇ ਜਾ ਕੇ ਮੇਨਸ ਦਾ ਪੇਪਰ ਹੋਏਗਾ। ਸੋ ਸਾਨੂੰ ਕੋਈ ਵੀ ਮੌਕਾ ਛੱਡਣਾ ਨਹੀਂ ਚਾਹੀਦਾ। ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਪੇਪਰ ਦੇ ਲਓ ਔਰ ਉਸ ਤੋਂ ਬਾਅਦ ਜਦੋਂ ਟਾਈਮ ਮਿਲੇ ਫਿਰ ਜਿਹੜੇ ਸੀਗੇ ਬਾਕੀ ਦੇ ਪੇਪਰ ਹੋਰ, ਉਹਨਾਂ ਵਾਸਤੇ ਵੀ ਤਿਆਰੀ ਆਪਣੀਆਂ ਰੱਖੋ ਔਰ ਉਹਨਾਂ ਵਾਸਤੇ ਵੀ ਕ੍ਰੈਸ਼ ਕੋਰਸ ਜਿਹੜੇ ਸੀਗੇ ਸਾਡੇ ਚੱਲ ਰਹੇ ਨੇ ਔਰ ਉਹ ਕ੍ਰੈਸ਼ ਕੋਰਸ ਨੂੰ ਜੁਆਇਨ ਕਰੋ ਔਰ ਜਿਹੜੀ ਸੀਗੀਆਂ ਸਫਲਤਾਵਾਂ ਹਾਸਲ ਕਰੋ। ਇੰਨੀ ਕੁ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕਿਉਂਕਿ ਆਮ ਤੌਰ ਤੇ ਸਿਰਫ ਇੱਕੋ ਗੱਲ ਲੱਗਦੀ ਹੁੰਦੀ ਹੈ ਕਿ ਜਦੋਂ ਪੇਪਰ ਆ ਜਾਂਦੇ ਮੈਨੂੰ ਤਾਂ ਕੁਛ ਆਉਂਦਾ ਨਹੀਂ, ਠੀਕ ਹੈ ਜੀ, ਔਰ ਡਰ ਲੱਗਦਾ। ਉਹ ਇਹ ਡਰ ਨੂੰ ਜਿੱਤਣ ਦਾ ਸਿਰਫ ਇੱਕੋ ਤਰੀਕਾ ਹੈ, ਮਿਹਨਤ ਮਿਹਨਤ ਮਿਹਨਤ, ਔਰ ਸਾਡੇ ਨਾਲ ਰਹਿ ਕੇ ਮਿਹਨਤ ਕਰੋਗੇ, ਮੈਨੂੰ ਪੂਰੀ ਉਮੀਦ ਹੈ ਤੁਸੀਂ ਸਫਲਤਾ ਹਾਸਲ ਕਰੋਗੇ। ਵਾਂਸ ਅਗੇਨ ਵੀ ਵਿਸ਼ ਯੂ ਆਲ ਸਕਸੈਸ ਇਨ ਲਾਈਫ, ਕਿਉਂਕਿ ਇਹੀ ਇੱਕ ਮਹੀਨਾ ਤਿਉਹਾਰਾਂ ਦਾ ਮਹੀਨਾ, ਭੁੱਲ ਜਾਓ ਤਿਉਹਾਰਾਂ ਨੂੰ, ਸਿਰਫ ਤਿਆਰੀ ਕਰਨੀ ਹੈ, ਹੋਰ ਕੁਛ ਨਹੀਂ ਕਰਨਾ। ਕਿਉਂਕਿ ਐ ਨਾ ਹੋਵੇ ਕਿ ਦੀਵਾਲੀ ਦੇ ਮੌਕੇ ਤੇ ਲੱਗੇ ਜੀ ਮੈਂ ਤਾਂ ਦੀਵਾਲੀਆਂ ਮਨਾਉਣੀਆਂ ਨੇ, ਭੁੱਲ ਜਾਓ ਕੋਈ ਦੀਵਾਲੀ ਹੈ, ਭੁੱਲ ਜਾਓ ਕੋਈ ਦੁਸ਼ਹਿਰਾ ਹੈ, ਭੁੱਲ ਜਾਓ ਕਿਤੇ ਜਾਣਾ ਹੈ, ਭੁੱਲ ਜਾਓ ਕੋਈ ਵਿਆਹ ਅਟੈਂਡ ਕਰਨਾ ਹੈ। ਬਸ ਮੈਂ ਇੱਕੋ ਕੰਮ ਕਰਨਾ, ਮੈਂ ਆਪਣੇ ਜ਼ਿੰਦਗੀ ਨੂੰ ਕਾਮਯਾਬ ਹਾਸਲ ਕਰਨਾ ਔਰ ਉੱਥੇ ਮੈਂ ਨੌਕਰੀ ਹਾਸਲ ਕਰਨੀ ਹੈ। ਇਹਦੇ ਵਾਸਤੇ ਜਿਹੜਾ ਸੀਗਾ ਪੂਰਾ ਜ਼ੋਰ ਲਾ ਦਿਓ ਔਰ ਤੁਸੀਂ ਆਫਲਾਈਨ ਬੈਚ, ਆਨਲਾਈਨ ਬੈਚ, ਜੋ ਵੀ ਕਰਨਾ ਚਾਹੋ ਤੁਸੀਂ ਕੰਟੈਕਟ ਕਰੋ, ਵੀ ਆਰ ਦੇਅਰ ਟੂ ਹੈਲਪ ਯੂ ਔਰ ਪੂਰੀ ਮਦਦ ਕਰਾਂਗੇ ਤੁਹਾਡੀ, ਤੁਹਾਡੇ ਨਾਲ, ਔਰ ਬਾਕੀ ਵੀ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਾਂਗੇ। ਸੋ ਯੂ ਕੈਨ ਕਾਲ ਅਸ ਐਂਡ ਜੁਆਇਨ ਦਾ ਕੋਰਸਿਸ ਆਲਸੋ ਔਰ ਉਮੀਦ ਕਰੋ ਕਿ ਆਪਾਂ ਸਾਰੇ ਮਿਲ ਕੇ ਜਿਹੜੀ ਸਫਲਤਾਵਾਂ ਹਾਸਲ ਕਰੀਏ। ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੌਕ ਟੈਸਟ ਸੀਰੀਜ਼ ਜਿਹੜੀ ਸੀਗੀ ਉਹ ਵੀ ਪਈ ਹੈ, ਤੁਸੀਂ ਮੌਕ ਟੈਸਟ ਸੀਰੀਜ਼ ਨੂੰ ਅਟੈਂਪਟ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਪੇਪਰ ਕਿਵੇਂ ਹੁੰਦਾ ਔਰ ਜਦੋਂ ਪੇਪਰ ਆਪਾਂ ਸਾਰੇ ਮਿਲ ਬੈਠ ਕੇ ਕਰਾਂਗੇ ਉਹ ਤਾਂ ਤੁਹਾਨੂੰ ਫੀਲ ਹੋਏਗਾ ਕਿ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਦੇ ਕੁਸ਼ਚਨ ਆਉਂਦੇ ਨੇ ਔਰ ਤੁਸੀਂ ਜਦੋਂ ਅਟੈਂਪਟ ਕਰੋਗੇ ਉਹਨਾਂ ਨੂੰ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਕਿਹੜਾ ਪਾਰਟ ਕਮਜ਼ੋਰ ਹੈ, ਉਹਨੂੰ ਤੁਸੀਂ ਹੋਰ ਜਿਹੜਾ ਸੀ ਆਪਣਾ ਮਜ਼ਬੂਤ ਕਰ ਸਕਦੇ ਹੋ ਆਪਣੀ ਤਿਆਰੀ ਦੇ ਨਾਲ। ਸੋ ਮੌਕ ਟੈਸਟ ਸੀਰੀਜ਼ ਕਰਨਾ, ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ, ਸੋ ਅਟੈਂਪਟ ਦੋਜ਼ ਮੌਕ ਟੈਸਟ ਆਲਸੋ। ਸੋ ਇਹ ਟੈਲੀਫੋਨ ਨੰਬਰ ਨੇ, ਤੁਸੀਂ ਇਹਨਾਂ ਟੈਲੀਫੋਨ ਨੰਬਰ ਤੇ ਕਾਲ ਕਰਕੇ, ਵਟਸਐਪ ਕਰਕੇ ਜਿਹੜਾ ਸੀਗਾ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਆਪਣੇ ਨਾਮ ਰਜਿਸਟਰ ਕਰਾ ਸਕਦੇ ਹੋ।
ਜੇ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕ੍ਰੈਸ਼ ਕੋਰਸ ਕਰ ਰਹੇ ਹਾਂ, ਉਹਨਾਂ ਕ੍ਰੈਸ਼ ਕੋਰਸ ਵਾਸਤੇ ਯੂਅਰ ਵੈਲਕਮ ਟੂ ਜੁਆਇਨ ਦੋਸਤ, ਅਸੀਂ ਸਾਰੇ ਉਹ ਫ੍ਰੀ ਕਰ ਰਹੇ ਹਾਂ। ਥੈਂਕ ਯੂ।